ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਜਿਹੜਾ ਲੋਕ ਗੀਤ ਸੁਣਾਉਣ ਲੱਗੀ ਹਾਂ ਉਹ ਮੈਂ ਪਹਿਲਾਂ ਵੀ ਅਪਲੋਡ ਵੀਡੀਓ ਜਿਹੜੀ ਉਹ ਕਰ ਚੁੱਕੀ ਹਾਂ, ਅਤੇ ਮੈਨੂੰ ਬਹੁਤ ਸਾਰੀਆਂ ਭੈਣਾਂ ਦੇ ਮੈਸੇਜ ਆਏ ਕਿ ਉਹ ਢੋਲਕੀ ਦੀ ਤਾਲ ਵੱਜਣ ਦੇ ਨਾਲ ਕੁਝ ਜਿਹੜੀ ਵਰਡਿੰਗ ਆ ਉਹ ਸਮਝ ਨਹੀਂ ਆਈ, ਅਤੇ ਸਾਨੂੰ ਉਸ ਗੀਤ ਨੂੰ ਦੁਬਾਰਾ ਅਪਲੋਡ ਕੀਤਾ ਜਾਵੇ। ਠੀਕ ਹੈ ਜੀ, ਹੁਣ ਮੇਰੇ ਕੋਲ ਨਾ ਢੋਲਕੀ ਹੈ ਅਤੇ ਨਾ ਹੀ ਕੋਈ ਹੋਰ ਭੈਣਾਂ ਹੈਗੀਆਂ ਨਾਲ ਗਾਉਣ ਵਾਲੀਆਂ, ਅਤੇ ਉਹ ਮੈਂ ਹੁਣ ਤੁਹਾਡੇ ਸਾਹਮਣੇ ਪੇਸ਼ ਕਰਦੀ ਹਾਂ। ਅੱਜ ਕੱਲ੍ਹ ਗਰਮੀ ਬਹੁਤ ਆ, ਪਿਆਸ ਵੀ ਬਹੁਤ ਲੱਗਦੀ ਆ। ਤਾਲ ਤੋਂ ਬਿਨਾਂ ਇੱਦਾਂ ਲੱਗਦਾ ਜਿਵੇਂ ਗੀਤ ਗਾਇਆ ਨਹੀਂ ਜਾਣਾ। ਚਲੋ ਕੋਈ ਗੱਲ ਨਹੀਂ, ਮੈਂ ਉਹਨੂੰ ਗਾਉਂਦੀ ਹਾਂ। ਜਦੋਂ ਤੂੰ ਆਈ ਮਕਲਾਵੇ ਤੇਰੇ ਕੋਲੋਂ ਵਾਸ਼ਨਾ ਆਵੇ, ਨੀਅਤਰੇ ਦੀ ਸ਼ੀਸ਼ੀ ਨੀਅਤਰੇ ਦੀ ਸ਼ੀਸ਼ੀ ਕਿਹਦੇ ਕੋਲੋਂ ਲਈ ਸੀ। ਜਦੋਂ ਤੂੰ ਆਈ ਮਕਲਾਵੇ ਤੇਰੇ ਕੋਲੋਂ ਵਾਸ਼ਨਾ ਆਵੇ, ਨੀਅਤਰੇ ਦੀ ਸ਼ੀਸ਼ੀ ਨੀਅਤਰੇ ਦੀ ਸ਼ੀਸ਼ੀ ਕਿਹਦੇ ਕੋਲੋਂ ਲਈ ਸੀ। ਜਦੋਂ ਮੈਂ ਆਈ ਮਕਲਾਵੇ ਮੇਰੇ ਕੋਲੋਂ ਵਾਸ਼ਨਾ ਆਵੇ, ਵੇਅਤਰੇ ਦੀ ਸ਼ੀਸ਼ੀ ਵੇਅਤਰੇ ਦੀ ਸ਼ੀਸ਼ੀ ਮਾਂ ਕੋਲੋਂ ਲਈ ਸੀ। ਮੈਂ ਕਲਾਵਾਂ ਆਪਣੀ ਮਾਂ ਤੇ ਸਦਾਵਾਂ ਤੇਰੀ ਮਾਂ, ਨੀਅਤਰੇ ਦੀ ਸ਼ੀਸ਼ੀ ਨੀਅਤਰੇ ਦੀ ਸ਼ੀਸ਼ੀ ਕਿਹਦੇ ਕੋਲੋਂ ਲਈ ਸੀ। ਨਾ ਕਲਾਇਓ ਆਪਣੀ ਮਾਂ ਨਾ ਸਦਾਇਓ ਮੇਰੀ ਮਾਂ, ਵੇਅਤਰੇ ਦੀ ਸ਼ੀਸ਼ੀ ਵੇਅਤਰੇ ਦੀ ਸ਼ੀਸ਼ੀ ਭਾਬੀ ਕੋਲੋਂ ਲਈ ਸੀ। ਮੈਂ ਕਲਾਵਾਂ ਕੋਈ ਲਾਗੀ ਤੇ ਸਦਾਵਾਂ ਤੇਰੀ ਭਾਬੀ, ਨੀਅਤਰੇ ਦੀ ਸ਼ੀਸ਼ੀ ਨੀਅਤਰੇ ਦੀ ਸ਼ੀਸ਼ੀ ਕਿਹਦੇ ਕੋਲੋਂ ਲਈ ਸੀ। ਨਾ ਕਲਾਇਓ ਕੋਈ ਲਾਗੀ ਨਾ ਸਦਾਇਓ ਮੇਰੀ ਭਾਬੀ, ਵੇਅਤਰੇ ਦੀ ਸ਼ੀਸ਼ੀ ਵੇਅਤਰੇ ਦੀ ਸ਼ੀਸ਼ੀ ਭੈਣ ਕੋਲੋਂ ਲਈ ਸੀ। ਨਿਕਲਾਵਾਂ ਉੱਥੇ ਨੈਣ ਤੇ ਸਦਾਵਾਂ ਤੇਰੀ ਭੈਣ, ਨੀਅਤਰੇ ਦੀ ਸ਼ੀਸ਼ੀ ਨੀਅਤਰੇ ਦੀ ਸ਼ੀਸ਼ੀ ਕਿਹਦੇ ਕੋਲੋਂ ਲਈ ਸੀ। ਨਾ ਕਲਾਇਓ ਕੋਈ ਨੈਣ ਨਾ ਮੰਗਾਇਓ ਮੇਰੀ ਭੈਣ, ਵੇਅਤਰੇ ਦੀ ਸ਼ੀਸ਼ੀ ਵੇਅਤਰੇ ਦੀ ਸ਼ੀਸ਼ੀ ਕੰਧ ਉੱਤੇ ਪਈ ਸੀ। ਵੇਅਤਰੇ ਦੀ ਸ਼ੀਸ਼ੀ ਕੰਧ ਉੱਤੇ ਪਈ ਸੀ। ਜਦੋਂ ਮੈਂ ਆਈ ਮਕਲਾਵੇ ਮੇਰੇ ਕੋਲੋਂ ਵਾਸ਼ਨਾ ਆਵੇ, ਵੇਅਤਰੇ ਦੀ ਸ਼ੀਸ਼ੀ ਵੇਅਤਰੇ ਦੀ ਸ਼ੀਸ਼ੀ ਕਿਹਦੇ ਕੋਲੋਂ ਲਈ ਸੀ। ਜਦੋਂ ਤੂੰ ਆਈ ਮਕਲਾਵੇ ਤੇਰੇ ਕੋਲੋਂ ਵਾਸ਼ਨਾ ਆਵੇ, ਨੀਅਤਰੇ ਦੀ ਸ਼ੀਸ਼ੀ ਨੀਅਤਰੇ ਦੀ ਸ਼ੀਸ਼ੀ ਕਿਹਦੇ ਕੋਲੋਂ ਲਈ ਸੀ। ਨੀਅਤਰੇ ਦੀ ਸ਼ੀਸ਼ੀ ਕਿਹਦੇ ਕੋਲੋਂ ਲਈ ਸੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਅਤੇ ਬਹੁਤ ਸਾਰਾ ਧੰਨਵਾਦ ਜੀ।